ਟੂਰਿਸਟ ਵੀਜ਼ਾ ਤੇ ਰੂਸ ਘੁੰਮਣ ਗਏ ਸੀ ਨੌਜਵਾਨ। ਧੱਕੇ ਦੇ ਨਾਲ ਫੌਜ ਦੇ ਵਿੱਚ ਕੀਤਾ ਭਰਤੀ। ਰੋ ਰੋ ਕੇ ਮਾਂ ਦਾ ਹੋਇਆ ਬੁਰਾ ਹਾਲ। ਪੁੱਤ ਦੀ ਵਤਨ ਵਾਪਸੀ ਦੇ ਲਈ ਲਗਾ ਰਹੀ ਗੁਹਾਰ। ਤਾਂ ਦੱਸਦੇ ਕਿ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀ ਰੂਸ ਦੇ ਵਿੱਚ ਫਸਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿੱਥੇ ਉਹਨਾਂ ਨੂੰ ਡਰਾ ਧਮਕਾ ਕੇ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਆਪਣੇ ਦੋਸਤਾਂ ਦੇ ਨਾਲ ਟੂਰਿਸਟ ਵੀਜ਼ਾ 'ਤੇ ਘੁੰਮਣ ਗਏ ਨਵਾਂ ਸ਼ਹਿਰ ਦੇ ਨੌਜਵਾਨ ਨੂੰ ਪੁਲਿਸ ਨੇ ਪਹਿਲਾਂ ਤਾਂ ਫੜ ਲਿਆ ਅਤੇ ਫਿਰ ਉਸਨੂੰ ਡਰਾ ਧਮਕਾ ਕੇ ਕਾਗਜ਼ਾਂ 'ਤੇ ਸਾਈਨ ਕਰਵਾ ਲਏ। ਇਸ ਤੋਂ ਬਾਅਦ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਅਤੇ ਪਰਿਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ। ਅਤੇ ਦੱਸਦੇ ਕਿ ਨੌਜਵਾਨ ਇਹ ਨਵਾਂ ਸ਼ਹਿਰ ਦਾ ਰਹਿਣ ਵਾਲਾ ਨਾਰਾਇਣ ਸਿੰਘ ਹੈ ਅਤੇ ਇਸਦੀ ਉਮਰ ਸਿਰਫ 21 ਸਾਲ ਹੈ ਅਤੇ 26 ਦਸੰਬਰ 2023 ਨੂੰ ਇਹ ਟੂਰਿਸਟ ਵੀਜ਼ੇ 'ਤੇ ਘੁੰਮਣ ਲਈ ਗਿਆ ਸੀ ਅਤੇ ਘਰੋਂ ਸਿਰਫ 6,000 ਰੁਪਏ ਹੀ ਲੈ ਕੇ ਗਿਆ ਸੀ ਅਤੇ ਬਾਕੀ ਖਰਚੇ ਦਾ ਪਰਿਵਾਰ ਨੂੰ ਕੁਝ ਵੀ ਨਹੀਂ ਪਤਾ। ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਅਕਤੂਬਰ ਦੇ ਵਿੱਚ ਪਹਿਲਾਂ ਵੀ 15 ਦਿਨ ਲਈ ਉਸੇ ਜਗ੍ਹਾ 'ਤੇ ਘੁੰਮ ਕੇ ਆਇਆ ਸੀ ਤਾਂ ਕੁਝ ਦਿਨ ਪਹਿਲਾਂ ਜਦ ਉਸਦਾ ਫੋਨ ਆਇਆ ਤਾਂ ਉਹ ਬਹੁਤ ਡਰਿਆ ਹੋਇਆ ਸੀ। ਤਾਂ ਉਸਨੇ ਦੱਸਿਆ ਕਿ ਰੂਸ ਦੀ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਡਰਾਇਆ ਜਾ ਰਿਹਾ, ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ 10 ਸਾਲ ਦੀ ਸਜ਼ਾ ਕੱਟ ਲਓ ਨਹੀਂ ਤਾਂ ਫੌਜ ਦੇ ਵਿੱਚ ਭਰਤੀ ਹੋ ਜਾਓ। ਜਿਸ ਤੋਂ ਬਾਅਦ ਉਹਨਾਂ ਨੇ ਜ਼ਬਰਦਸਤੀ ਕਾਗਜ਼ਾਂ 'ਤੇ ਸਾਈਨ ਲੈ ਲਏ। ਇਸ ਸੰਬੰਧੀ ਉਸਦੇ ਛੋਟੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵੀਡੀਓ ਆਈ ਹੈ ਜਿਸ ਦੇ ਵਿੱਚ ਨਾਰਾਇਣ ਸਹਿਤ 7 ਨੌਜਵਾਨ ਮਦਦ ਦੀ ਗੁਹਾਰ ਲਗਾ ਰਹੇ ਨੇ ਕਿ ਸਾਨੂੰ ਇੱਕ ਟੈਕਸੀ ਚਾਲਕ ਟੂਰਿਸਟ ਵੀਜ਼ੇ 'ਤੇ ਘੁੰਮਾਉਣ ਦੇ ਲਈ ਲੈ ਕੇ ਗਿਆ, ਪਰ ਬਾਅਦ ਦੇ ਵਿੱਚ ਉਹ ਸਾਡੇ ਤੋਂ ਪੈਸੇ ਮੰਗਣ ਲੱਗਿਆ ਅਤੇ ਜਦ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਛੱਡ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਸਿਰਫ 1 ਸਾਲ ਦੇ ਲਈ ਸੈਨਾ ਦੇ ਵਿੱਚ ਹੈਲਪਰ ਦੇ ਰੂਪ ਦੇ ਵਿੱਚ ਕੰਮ ਕਰੋ, ਨਹੀਂ ਤਾਂ 10 ਸਾਲ ਦੀ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਇਸ ਸਮੇਂ ਉਹ ਯੂਕਰੇਨ ਦੇ ਵਿੱਚ ਨੇ। ਤਾਂ ਦੱਸਦੇ ਕਿ ਨਾਰਾਇਣ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤ ਨੂੰ ਸਹੀ ਸਲਾਮਤ ਵਾਪਸ ਘਰ ਲਿਆਇਆ ਜਾਵੇ। ਨਾਰਾਇਣ ਸਿੰਘ 21 ਸਾਲ ਦਾ, ਹਾਂਜੀ, ਫੜ ਲਿਆ ਤੇ ਮੈਨੂੰ ਪੁਲਿਸ ਵਿੱਚ ਕਰ ਦਿੱਤਾ, ਇਹਦੇ ਚ ਜੇਲ੍ਹ ਚ ਕਰਕੇ ਫਿਰ ਮੈਨੂੰ ਅੱਗੇ ਉੱਥੇ ਲੈ ਚੱਲੇ ਨੇ, ਭਰਤੀ ਕਰ ਦਿੱਤਾ। ਮਤਲਬ ਵੀ ਸਾਨੂੰ ਡਰਾ ਪਾ ਕੇ ਇਹਨਾਂ ਨੇ, ਕਰੰਟ ਕਰੁੰਟ ਲਾ ਕੇ ਸਾਨੂੰ ਡਰਾ ਪਾ ਕੇ ਤੇ ਮੈਨੂੰ ਭਰਤੀ ਕਰ ਦਿੱਤਾ। ਮੰਮੀ ਮੈਨੂੰ ਬਚਾ ਲਓ ਜਿੱਦਾਂ ਵੀ ਹੁੰਦਾ ਜੇ। ਬੇਟੇ ਨਾਲ ਲਾਸਟ ਟਾਈਮ 10-12 ਦਿਨ ਹੀ ਹੋਈ ਗੱਲ ਹੋਈ। ਅੱਗੇ ਗਿਆ ਸੀ ਘੁੰਮਣ ਲਈ, ਉੱਥੇ ਗਿਆ ਸੀ ਅੱਗੇ ਬੱਚਿਆਂ ਨਾਲ ਰਲ ਕੇ। ਇੱਕ ਸਾਨੂੰ ਪਤਾ ਜਿੱਦਾਂ ਹੈਗਾ ਕਿ ਉੱਥੇ ਲੜਾਈ ਲੱਗੀ ਹੈ, ਹਾਂਜੀ, ਤਾਂ ਇਹ ਤੁਹਾਡਾ ਬੇਟਾ ਉੱਥੇ ਕੀ ਕਰਨ ਗਿਆ ਸੀ? ਉੱਥੇ ਟੂਰਿਸਟ ਵੀਜ਼ੇ ਤੇ ਗਿਆ ਘੁੰਮਣ ਲਈ। ਏਜੰਟ ਨੇ ਧੋਖਾਧੜੀ ਕੀਤੀ ਹੈ ਤੁਹਾਡੇ ਨਾਲ? ਨਹੀਂ, ਆਪ ਹੀ ਬੱਚਿਆਂ ਨੇ ਪਤਾ ਨਹੀਂ ਕਿੱਥੋਂ ਏਜੰਟ ਲੱਭਿਆ, ਕਿੱਥੋਂ ਇਹਨਾਂ ਨੇ ਸਲਾਹ ਬਣਾਈ। ਬਸ ਇੰਨੀ ਗੱਲ ਮੈਨੂੰ ਬੋਲੀ ਹੈ, ਮੰਮੀ ਮੈਂ ਘੁੰਮਣ ਲਈ ਜਾਣਾ। ਮੁੰਡੇ ਨੇ ਕੀਤਾ? ਉਹਨੇ ਕੀਤਾ, ਜੋ ਕੀਤਾ ਬੱਚਿਆਂ ਨਾਲ ਰਲ ਕੇ ਉਹਨਾਂ ਨੇ। ਕਿੰਨੀ ਟਿਕਟ ਲੱਗ ਗਈ ਅਦਰ? ਇਥੋਂ ਕਿੰਨੇ ਪੈਸੇ ਲੱਗੇ? 6,000 ਰੁਪਏ ਲੈ ਕੇ ਗਿਆ ਮੇਰੇ ਕੋਲ। 6,000? ਹਾਂਜੀ। ਬਾਕੀ ਉਹ ਬੱਚਿਆਂ ਨਾਲ ਹੀ ਉਹਨੇ ਕੀਤਾ, ਮੈਨੂੰ ਨੀ ਇੰਨਾ ਪਤਾ ਹੈਗਾ ਵੀ ਕੀ ਕੀਤਾ ਉਹਨੇ ਕੀ ਨਹੀਂ ਕੀਤਾ। ਜੇ ਸਾਨੂੰ ਪਤਾ ਹੁੰਦਾ ਮੈਂ ਨਾ ਭੇਜਦੀ ਉੱਥੇ। ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ? ਆਹੀ ਕਹਿੰਦੇ ਵੀ ਸਾਡਾ ਬੱਚਾ ਠੀਕ ਠਾਕ ਘਰ ਆ ਜਾਏ, ਬਸ ਮੈਨੂੰ ਹੋਰ ਕੁਛ ਨੀ ਚਾਹੀਦਾ, ਮੈਨੂੰ ਆਪਣਾ ਬੱਚਾ ਚਾਹੀਦਾ।